ਸੰਤਾਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਹੈ। ਇੱਥੇ ਤਾਂ ਯਾਤਰਾਵਾਂ ਦੀ ਔਰ ਇਹ ਜਿਹੜੀਆਂ ਏਅਰ ਲਾਈਨ ਬਹੁਤ ਵੱਡੇ ਪੱਧਰ 'ਤੇ ਉਹਨਾਂ ਦਾ ਵਿਸਥਾਰ ਹੋ ਰਿਹਾ। ਯਾਤਰਾਵਾਂ ਦੀ ਆਮਦ ਅਤੇ ਯਾਤਰਾਵਾਂ ਧਿਆਨ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਸਰਕਾਰ ਨੇ ਵੱਡੇ ਪੱਧਰ 'ਤੇ ਇਹਨੂੰ ਐਕਸਪੈਂਡ ਕੀਤਾ, ਰਨਵਾ ਵੀ ਵੱਡਾ ਕੀਤਾ ਔਰ ਹੁਣ ਜਿਹੜੀ ਇਹਦਾ ਵਾਧਾ ਹੋ ਰਿਹਾ। ਜਿਵੇਂ ਡਾਇਰੈਕਟਰ ਏਅਰਪੋਰਟ ਅਥੋਰਿਟੀ ਸਾਹਿਬ ਨੇ ਦੱਸਿਆ ਕਿ ਯਾਤਰਾਵਾਂ ਦੀ ਆਮਦ ਕਰਕੇ ਲੋੜ ਨੂੰ ਬੁਖਰਾ ਦਿਆਂ ਜਿਹੜੇ ਕਾਊਂਟਰ ਨੇ ਡਿਸਪਾਰ ਕਰ ਰਹੇ ਉਹਦਾ ਕਾਊਂਟਰਾਂ ਦੀ ਗਿਣਤੀ ਵਧਾ ਰਹੇ ਆ। ਉਹਦੇ ਵਾਸਤੇ ਥੋੜ੍ਹੀ ਜਗ੍ਹਾ ਦੇਣ ਦੀ ਜ਼ਰੂਰਤ ਸੀ ਹੋਰ, ਅਤੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ, ਉਹਨੂੰ ਥੋੜ੍ਹਾ ਜਿਹਾ ਅੱਗੇ ਇਹ ਸੁੰਦਰੀਕਰਨ ਵਾਸਤੇ ਅਤੇ ਇਹਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਅਰਦਾਸ ਕੀਤੀ ਹੈ। ਸਾਰੇ ਜਿਹੜੇ ਆਪਣਾ ਮਰਿਆਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਏਅਰਪੋਰਟ ਅਥੋਰਿਟੀ CISF ਦੇ ਕਮਾਂਡੈਂਟ ਉਹਨਾਂ ਦਾ ਸਮਾਂ ਸਟਾਫ ਏਅਰਪੋਰਟ ਅਥੋਰਿਟੀ ਦਾ ਸਮੁੱਚਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਪਰੇਟਿਵ ਆ, ਬਹੁਤ ਜ਼ਿਆਦਾ ਪਿਆਰ ਮਿਲਾਪ ਵਾਲੇ ਆ ਔਰ ਅੱਜ ਤੱਕ ਕੋਈ ਵੀ ਏਅਰਪੋਰਟ ਦੇ ਸੰਬੰਧ ਵਿੱਚ ਜਿਹੜੇ ਸਾਡੇ ਯਾਤਰੂ ਹੁੰਦੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵ ਦੀ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਹਣੇ ਕੋਪਰੇਟ ਅੰਦਾਜ਼ ਦੇ ਵਿੱਚ ਹਮੇਸ਼ਾ ਹੀ ਸਾਰੇ ਆਏ ਹੋਏ ਯਾਤਰਾਵਾਂ ਨੂੰ ਜੀਆਂ ਕਹਿੰਦੇ ਆ ਅਤੇ ਬੜੇ ਸਤਿਕਾਰ ਉਹਨਾਂ ਨੂੰ ਜੀਆਂ ਹੀ ਕਹਿੰਦੇ ਆ, ਜੋ ਫਾਰਮੈਲਿਟੀਆਂ ਉਹਨਾਂ ਬਣਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਹਰ ਯਾਤਰੂ ਦੀ ਮਦਦ ਕਰਦੇ ਆ। ਖਾਸ ਤੌਰ 'ਤੇ ਸਾਡੀ ਏਅਰਪੋਰਟ ਅਥੋਰਿਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ CISF ਕਮਾਂਡੈਂਟ ਇਹਨਾਂ ਦਾ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਪਰੇਟਿਵ ਰਿਹਾ ਔਰ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਹਾਂ। ਗੁਰੂ ਸਾਹਿਬ ਦੀ ਮਿਹਰ ਹੈ, ਕਿਰਪਾ ਦ੍ਰਿਸ਼ਟੀ ਹੈ ਵਿਸ਼ੇਸ਼ ਤੌਰ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਡੀ ਦਿਲੀ ਖਾਸ ਹੈ ਕਿ ਇੱਡੀ ਵੱਡੀ ਇਤਿਹਾਸਕ ਮਹੱਤਾ ਸੱਚਖੰਡ ਸ੍ਰੀ ਆਪਣਾ ਅੰਮ੍ਰਿਤਸਰ ਸਾਹਿਬ ਦੀ ਇਹਦੀ ਮਹੱਤਾ ਨੂੰ ਮੁੱਖ ਰੱਖਦੇ ਹਾਂ। ਸਰਕਾਰ ਇਹਨੂੰ ਵੱਧ ਤੋਂ ਵੱਧ ਜਿੰਨਾ ਸੁੰਦਰੀਕਰਨ ਇਹਦੀ ਕਰ ਸਕਦੀ ਉਹ ਕਰੇ ਤਾਂ ਕਿ ਆਉਣ ਵਾਲੇ ਜਿਹੜੇ ਯਾਤਰੂ ਨੇ ਪ੍ਰਭਾਵਿਤ ਹੋਣ। ਇਹ ਪਿਛਲੇ ਸਮੇਂ 'ਚ ਸਾਡੇ ਸਤਿਕਾਰਯੋਗ ਕਾਰਤੇ ਵਾਲੇ ਮਹਾਂਪੁਰਸ਼ ਤਰਨ ਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ, ਉਹਨਾਂ ਨੇ ਬੇਨਤੀ ਕੀਤੀ ਸੀ, ਉਹਨਾਂ ਨੇ ਸਾਰੇ ਮਾਡਲ ਦੀ ਜਿਹੜੀ ਤਿਆਰੀ ਕੀਤੀ ਉਹ 24 ਕਰੇਟ ਜਿਹੜਾ ਸੋਨਾ ਉਹ ਇੱਥੇ ਪ੍ਰਾਪਰ ਢੰਗ ਨਾਲ ਸਾਰਾ ਲੱਗਾ। ਬਹੁਤ ਸੁੰਦਰ ਮਾਡਲ ਬਣਾਇਆ ਉਹਨਾਂ ਨੇ ਜਦੋਂ ਸਥਾਪਿਤ ਹੋਇਆ, ਉਦੋਂ ਹੀ ਗੁਰੂ ਸਾਹਿਬ ਦੇ ਚਰਨ ਦੇ ਅਰਦਾਸ ਕਰਕੇ ਸਥਾਪਿਤ ਹੋਇਆ ਸੀ। ਹੁਣ ਕਿਉਂਕਿ ਇਹਦੀ ਸ਼ਿਫਟਿੰਗ ਸੀ ਹੋਰ ਸੁੰਦਰੀਕਰਨ ਵਾਸਤੇ, ਹੁਣ ਵੀ ਅਰਦਾਸ ਕਰਕੇ ਇਹ ਸ਼ਿਫਟ ਕੀਤਾ ਅਤੇ ਅੱਜ ਬਾਬਾ ਅਮਰੀਕ ਸਿੰਘ ਜੀ ਜਿਹੜੇ ਕਾਰ ਸਾਹਿਬ ਵਾਲੇ ਮਹਾਂਪੁਰਸ਼ ਨੇ ਤਰਨ ਤਾਰਨ ਵਾਲਿਆਂ ਦੇ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ, ਉਹਨਾਂ ਸਾਰੀ ਜਿਹੜੀ ਸੇਵਾ ਹੈ ਨਵੇਂ ਸਿਰੋਂ ਕੀਤੀ ਹੈ ਅਤੇ 1-2 ਦਿਨਾਂ ਦੇ ਵਿੱਚ ਇਹਨੂੰ ਸਥਾਪਿਤ ਕਰਕੇ ਉਸ ਤੋਂ ਬਾਅਦ ਫਿਰ ਜਿਹੜੇ ਲੁਟੀਂਦਾ ਅਗਲਾ ਧਾਰਮਿਕ ਸਮਾਗਮ ਆ ਉਹ ਹੀ ਕੋਸ਼ਿਸ਼ ਕਰਾਂਗੇ ਆਉਣ। ਔਰ ਮੈਂ ਉਚੇਚੇ ਤੌਰ 'ਤੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਏਅਰਪੋਰਟ ਅਥੋਰਿਟੀ ਔਰ ਡਾਇਰੈਕਟਰ ਸਾਹਿਬ ਦਾ, ਕਮਾਂਡਰ ਸਾਹਿਬ ਦਾ ਨੇ, ਸਾਰੇ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਲੋੜ ਪੈਂਦੀ ਹਰ ਸਮੇਂ ਸਾਡਾ ਸਹਿਯੋਗ ਕਰਦੇ ਆ। ਸਾਡਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਸ਼ਕ ਦਰਬਾਰ ਸਾਹਿਬ ਵੱਲੋਂ ਹਰ ਤਰ੍ਹਾਂ ਦਾ ਇਹਨਾਂ ਨੂੰ ਹਰ ਸਮੇਂ ਸਹਿਯੋਗ ਆ। ਜਦੋਂ ਹੁਕਮ ਕਰਨਗੇ ਜਿਸ ਤਰ੍ਹਾਂ ਦੇ ਹੁਕਮ ਕਰਨਗੇ ਅਸੀਂ ਇਹਨਾਂ ਦੇ ਨਾਲ ਹਾਂ, ਕਿਉਂਕਿ ਇਹ ਆਪਸੀ ਭਾਈਚਾਰੇ ਦੇ ਤੌਰ 'ਤੇ ਇਹ ਜਿਹੜਾ ਇੱਥੇ ਦੀਆਂ ਸੇਵਾਵਾਂ ਚੱਲਦੀਆਂ ਨੇ। ਅੱਜ ਦੀ ਇਸ ਸਮਾਗਮ ਦੇ ਵਿੱਚ ਸਤਿਕਾਰਯੋਗ ਸਰਦਾਰ ਸਤਵੀਰ ਸਿੰਘ ਜਿਹੜੇ OSD ਨੇ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਉਹ, ਸਰਦਾਰ ਕਾਲਵਾਂ ਸਾਹਿਬ ਬਲਵਿੰਦਰ ਸਿੰਘ ਕਾਲਵਾਂ ਧੰਨ ਪ੍ਰਚਾਰ ਸਕੱਤਰ, ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਸਾਰੇ ਔਰ ਇਹਨਾਂ ਦਾ ਸਮੁੱਚਾ ਸਟਾਫ ਇੱਥੇ ਆਇਆ, ਇਹਨਾਂ ਦਾ ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।